ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਹੋਰ ਬਾਈ ਠੀਕ ਠਾਕ ਹੋ ਸਾਰੇ? ਵਧੀਆ ਚਾਹੀਦਾ ਬਾਈ ਸਾਰਿਆਂ ਦਾ ਹਾਲ ਚਾਲ। ਮਹਾਰਾਜ ਕਿਰਪਾ ਰੱਖੇ ਸਾਰੇ ਵੀਰਾਂ 'ਤੇ ਬਣਾ ਕੇ। ਬਾਈ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਮਸ਼ੀਨ ਨੂੰ ਕੋਈ ਕੰਮੇ ਨਹੀਂ ਹੋਇਆ ਹੈਗਾ। ਕਾਲੇ ਬਾਈ ਦੇ ਰਿਸ਼ਤੇਦਾਰ ਨੂੰ ਗੱਡੀ ਦਵਾਉਣ ਚੱਲ ਗਏ, ਤਾਂ ਕਰਕੇ ਉੱਤੀ ਦਿਹਾੜੀ ਖਰਾਬ ਹੋ ਗਈ ਕੱਲ੍ਹ। ਚਲੋ ਅੱਜ ਪਹੁੰਚ ਗਏ ਮਸ਼ੀਨ ਦੇ ਕੋਲ। ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ, ਪਿਛਲੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੱਤਾ। ਅੱਜ ਜਿਹਨਾਂ ਨਹੀਂ ਦੇਖੀ ਪਿਛਲੀ ਵੀਡੀਓ ਜਾ ਕੇ ਜ਼ਰੂਰ ਇੱਕ ਵਾਰ ਲਿੰਕ ਓਪਨ ਕਰੇ ਉਹਦਾ। ਚਲੋ ਕਰਦੇ ਹਾਂ ਜੀ ਕੰਮ ਸਟਾਰਟ। ਕੰਮ ਤਾਂ ਬਾਈ ਹੁਣ ਕੁਛ ਨਹੀਂ ਰਹਿ ਗਿਆ। ਚਲੋ ਹੁਣ ਤੁਹਾਨੂੰ ਪਿਛਲੇ ਕੈਮਰੇ ਗੱਲ ਦਿਖਾਉਣਾ। ਕੰਮ ਤਾਂ ਬਾਈ ਆਪਣਾ ਕੁਛ ਨਹੀਂ ਰਹਿ ਗਿਆ। ਕੰਮ ਤਾਂ ਬਸ ਥਰੈਸ਼ਰ ਵਾਲੀ ਪੁਲੀ ਰਹਿੰਦੀ ਆ, ਇੱਕ ਐਲੀਵੇਟਰ ਰਹਿੰਦਾ, ਬਸ ਦੋ ਚੀਜ਼ਾਂ ਰਹਿੰਦੀਆਂ, ਚੈਨਾਂ ਰਹਿੰਦੀਆਂ, ਐਲੀਵੇਟਰ ਨੇ ਪਾਉਣ 'ਤੇ। ਅੱਜ ਤੁਹਾਨੂੰ ਲੀਵਰ ਲਾ ਕੇ ਦਿਖਾਉਂਦੇ ਹਾਂ ਅੱਜ ਦੀ ਵੀਡੀਓ 'ਚ। ਓਕੇ, ਬਾਕੀ ਸਪਰਿੰਗ ਕੱਢ ਲਿਆ ਆਉਂਦੀ ਸਾਰੇ ਬਾਈ ਚੀਨੇ ਬਾਈ ਨੇ ਕੱਲ੍ਹ ਪਿੱਛੇ ਤਾਂ ਕੱਢਿਆ ਨਹੀਂ ਹੈਗਾ। ਜੀਨੇ ਮਿਲੋ ਜੀ ਇੱਧਰ ਚੀਨੇ ਨੂੰ। ਸਤਿ ਸ਼੍ਰੀ ਅਕਾਲ ਜੀ। ਜੀਨੇ ਕਾਹਦੇ ਨਹੀਂ ਕੱਢਿਆ ਸਪਰਿੰਗ ਬਾਈ? ਬਾਈ ਕਹਿੰਦੇ ਉੱਪਰ ਕੇ ਵੱਜਦਾ ਹੈਗਾ ਇਹ, ਤੁਹਾਨੂੰ ਪਤਾ ਜਾਲ ਬੰਦੇ ਨੇ ਕਿਆ ਵਧਾਉਂਦਾ ਨਾ। ਠੀਕ ਆ ਠੀਕ ਆ, ਵਧੀਆ ਬਾਈ ਆਪਣੀ ਸੇਫਟੀ ਸੇਫਟੀ ਆ। ਮੈਂ ਤੈਨੂੰ ਕਹਿ ਕਹਿੰਦਾ ਗਿਆ ਵੀ ਜੇ ਲੋਟ ਤਾਂ ਮਨ ਮੰਨਿਆ ਤਾਂ ਖੋਲੀ, ਨਹੀਂ ਨਾ ਖੋਲੀ। ਲਓ ਜੀ ਹੁਣ ਖੋਲ ਲਿਆ ਬਾਈ। ਬਾਕੀ ਆ ਚੈਨਰੀ ਦਾ ਆਪਾਂ ਨੇ ਪੂਦਰ ਬਣਾ ਲਿਆ ਸਪੈਸ਼ਲੇ। ਦੇਖੋ ਇਹਦਾ ਚੈਨਰੀ ਦਾ ਪੂਲਰ ਬਣਾ ਤਾ ਪੂਰਾ ਗਾਟਰ, ਹੈ ਨਾ, ਵਧੀਆ ਹੈ ਵੀ। ਇੱਧਰ ਹੁਣ ਖੋਲ ਲਈਆਂ, ਉੱਪਰ ਦਾ ਪਹਿਲਾਂ ਚੱਕ ਹੋਣਾ ਜਿਹਨੇ, ਹਾਂ ਅਲੱਗ ਅਲੱਗ ਕਰਕੇ ਨੇ ਇਹਨੂੰ ਪੁਲੀਆਂ ਨੂੰ। ਹੁਣ ਆਪਾਂ ਰਿੰਗੇ ਪਾਉਣੇ ਆ, ਇਹਦੇ ਰਿੰਗ ਪਾ ਕੇ ਆਪਾਂ ਮਾੜਾ ਮਾੜਾ ਗਲੀਚ ਲਾ ਦੂੰਗੇ, ਪਿੰਡਾਂ ਨੂੰ ਰਹਿਣੀਆਂ ਰਹਿਣੀਆਂ ਬਾਈ ਇਹ। ਫਿਰ ਇਹ ਨਹੀਂ ਜਾ, ਤੁਹਾਨੂੰ ਪਤਾ ਵੀ 3-4 ਮਹੀਨੇ ਮਸ਼ੀਨ ਖੜ੍ਹੀ ਹੋ ਗਈ, ਜੰਗ ਜੁੰਗ ਲੱਗ ਜਾਂਦੀ ਆ ਪਿੰਡਾਂ ਨੂੰ, ਫਿਰ ਬਹੁਤ ਦਿੱਕਤ ਆਉਂਦੀ ਆ ਬਾਈ। ਬੈਲਟ ਫਿਰ ਤਾਂ ਹੀ ਖਰਾਬ ਹੋਣ ਲੱਗ ਜਾਂਦੀ ਆ। ਕਈ ਵੀਰ ਕਹਿੰਦੇ ਸਾਡੀ ਬਾਈ ਬੈਲਟ ਬਹੁਤ ਖਾਂਦੀ ਆ, ਬੈਲਟ ਬਾਈ ਇਹੀ ਕਾਰਨ ਹੋ ਜਾਂਦਾ ਜਾਂ ਨਾ ਪਿੰਨਾਂ ਜਾਮ ਹੋ ਜਾਂਦੀ ਹੈ ਤਾਂ ਆਪਣੀਆਂ ਬੈਲਟਾਂ ਖਰਾਬ ਕਰਨ ਲੱਗ ਜਾਂਦੀ। 2170 ਨੰਬਰ ਬੈਲਟ ਅੜੀ ਚੱਕਣ ਵਾਲੀ ਥਰੈਸ਼ਰ ਪਾਉਂਦੇ ਹਾਂ ਆਪਾਂ ਗੈਟਰ ਨੂੰ। ਬਾਕੀ ਥਰੈਸ਼ਰ ਆਪਣਾ ਪਾਇਆ ਹੋਇਆ, ਓਕੇ ਆ। ਇਹਤੋਂ ਬਾਅਦ ਹੁਣ ਆਪਾਂ ਇਹਦੀ ਐਡਜਸਟਮੈਂਟ ਕਰਾਂਗੇ, ਜੋ ਵੀ ਤੁਹਾਨੂੰ ਦੱਸਾਂਗੇ। ਬਾਕੀ ਇੱਕ ਛੋਟਾ ਜਿਹਾ ਰਾਜ ਹੁੰਦਾ ਬਾਈ ਮੱਖੀ ਦਾ, ਅੜੀ ਆਪਾਂ ਕਹਿੰਦੇ ਮੱਖੀ ਘੁੰਡੀ ਜੀ ਆਉਂਦੀ ਆ, ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ। ਹਜੇ ਮਾਸਟਰ ਸਿਲੰਡਰ ਵੀ ਨਹੀਂ ਆਇਆ ਸਾਡਾ, ਟਿਊਬ ਗਈ ਹੋਈ ਆ ਮਿਸਤਰੀ ਕੋਲ, ਉਹ ਵੀ ਨਹੀਂ ਆਈ। ਅੱਜ ਲੈ ਕੇ ਆਊਗਾ ਕਾਲਾ ਬਾਈ, ਤੁਹਾਨੂੰ ਪਤਾ ਹੀ ਹੈ। ਕੱਲ੍ਹ ਅਸੀਂ ਕਾਲਾ ਬਾਈ ਵੀ ਨਾਲ ਚੱਲ ਗਿਆ ਸਾਡੇ। ਉੱਧਰ ਐਲੀਵੇਟਰ ਤਿਆਰ ਆਪਣਾ, ਗਰੀਸ ਗਰੂਸ ਐਨ ਆਉਂਦਾ। ਬਾਕੀ ਕੰਪਲੀਟ ਆ ਬਾਈ ਮਸ਼ੀਨ ਇੱਧਰ ਤੇਰਾ ਸਾਰੀ। ਚਲੋ ਹੁਣ ਕਰਦੇ ਹਾਂ ਆਪਾਂ ਥਰੈਸ਼ਰ ਵਾਲੀ ਪੁਲੀ ਦਾ ਕੰਮ ਪਾ ਕੇ, ਪੁਲੀ ਫਿਰ ਕਰਦੇ ਹਾਂ ਇਹਦੀ ਅਲਾਈਨਮੈਂਟ ਅੰਦਰ ਅਤੇ ਐਡਜਸਟਮੈਂਟ ਕਰਦੇ ਹਾਂ। ਮਿਲਦੇ ਹਾਂ ਜੀ ਫਿਰ ਤੁਹਾਨੂੰ। ਹਾਂਜੀ ਬਾਈ, ਪੁਲੀ ਆਪਣੀ ਖੁੱਲ੍ਹ ਗਈ ਸੀ, ਉਹਦੇ ਬਾਅਦ ਆਪਾਂ ਹੁਣ ਇਹਦੇ ਰਿੰਗਾਂ, ਰਬੜ ਰਿੰਗ ਜਦ ਇਹ ਪੁਲੀ ਆਪਾਂ ਨੇ ਇੱਕ ਵਾਰ ਖੋਲ੍ਹ ਲਈ ਤਾਂ ਰਿੰਗ ਜ਼ਰੂਰ ਪਾਉਣੇ ਚਾਹੀਦੇ ਆ। ਗੱਲ ਕੁਛ ਨਹੀਂ ਦੀ, 5-7-10 ਰੁਪਏ ਦੀ, ਪਰ ਫਿਰ ਬਾਈ ਜਿਹੜੀ ਆਪਣੀ ਅੰਦਰ ਸਲੀਪ ਹੈ ਖਰਾਬ ਹੋ ਜਾਂਦੀ ਆ। ਦੇਖੋ ਅਸੀਂ ਪਿੱਤਲ ਦਾ ਮਾਲ ਲਵਾਇਆ ਤਾ, ਇਹ ਰਿੰਗ ਨਾ ਹੋਣ ਤਾਂ ਆਪਣੀ ਇਹ ਬਿਲਕੁਲ ਵੱਢ ਦਿੰਦੀ ਹੈ ਇਹਨੂੰ। ਬਾਕੀ ਆਪਣੇ ਬੁਸ਼ ਆਪਾਂ ਪਿਛਲੀ ਵਾਰ ਲਵਾਏ ਤੇ ਹੁਣ ਆਪਾਂ ਪਾਉਣਾ ਕਰਦੇ ਹਾਂ ਇਹਨੂੰ ਫਿੱਟ। ਇਹਦੇ ਬਾਅਦ ਆਪਾਂ ਗਰੀਸ ਲਾਵਾਂਗੇ ਪਿੰਨਾਂ ਨੂੰ ਹਲਕਾ ਹਲਕਾ, ਪਿੰਨਾਂ ਨੂੰ ਰੇਕਵਾਲ ਮਾਰਤਾ, ਸਲੀਪ ਸਾਫ਼ ਕਰਤੀ ਹੈ ਇਹਨੂੰ ਪੂਰੀ, ਰੇਕਵਾਲ ਮਾਰ ਕੇ ਇਹਨੂੰ ਕਰਾਂਗੇ ਫਿੱਟ। ਚਲੋ ਜੀ ਹੁਣ ਮਿਲਦੇ ਹਾਂ ਤੁਹਾਨੂੰ, ਸਪਰਿੰਗ ਫਿੱਟ ਕਰਾਂਗੇ ਯਾਰ, ਦਿਖਾਉਂਦੇ ਹਾਂ ਤੁਹਾਨੂੰ ਬਾਈ। ਬਾਈ ਆਪਾਂ ਰਿੰਗ ਰੁੰਗ ਪਾ ਕੇ ਐਨ ਗਰੀਸ ਲਾਤਾ ਪਿੰਨਾਂ ਨੂੰ, ਦੇਖੋ ਗਰੀਸ ਵੀ ਲਾਤਾ, ਸਲੀਬ ਨੂੰ ਵੀ ਲਾਤਾ ਮਾੜਾ ਜਿਹਾ। ਉਹਦੇ ਬਾਅਦ ਬਾਈ ਆਪਾਂ ਨੇ ਇਹ ਚੀਜ਼ ਦਾ ਫਿੱਟ ਕਰਨ ਲੱਗੇ ਬਹੁਤ ਧਿਆਨ ਰੱਖਣਾ, ਫਿਰ ਆਪਾਂ ਨੂੰ ਜੇ ਇੱਕ ਵਾਰ ਫਿੱਟ ਹੋ ਗਈ ਨਾ ਬਾਅਦ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਉਹ ਚੀਜ਼ ਦੀ, ਕਿਵੇਂ ਆਉਂਦੀ ਆ। ਆਹ ਦੇਖੋ ਜੀ ਹੁਣ ਆਹ ਆਪਣੇ ਬਾਈ ਚੂੜੀ ਵਾਲਾ ਥੱਲੇ, ਜਿਹੜਾ ਥੱਲੇ ਆਪਣੇ ਥੱਲੇ ਵਾਲੇ ਪੱਲੇ ਚੂੜੀ ਆ, ਉੱਪਰਲਾ ਪੱਲਾ ਮੈਂ ਕਈ ਜਗ੍ਹਾ ਦੇਖਿਆ ਮਸ਼ੀਨਾਂ ਪਰ ਜਾ ਕੇ ਵੀ, ਆਹ ਉੱਪਰ ਵਾਲੇ ਚੂੜੀ ਦੇ ਸਾਹਮਣੇ ਨੂੰ ਪੱਲਾ ਬੰਦੇ ਫਿੱਟ ਕਰ ਦਿੰਦੇ ਆ, ਭੁਲੇਖਾ ਲੱਗ ਜਾਂਦਾ। ਚਲੋ ਬਾਈ ਕੋਈ ਨਹੀਂ, ਆਪਾਂ ਨੇ ਜਿਹੜੀ ਥੱਲੇ ਵਾਲੇ ਪੱਲੇ ਚੂੜੀ ਆ ਨਾ ਉੱਪਰਲੇ ਚੂੜੀ ਨਹੀਂ ਹੈਗਾ, ਦੇਖੋ ਇਹ ਆਹਮੋ ਸਾਹਮਣੇ ਕਰਨੇ ਆ, ਬਿਲਕੁਲ ਥੱਲੇ ਵਾਲੇ ਚੂੜੀ ਇਹਦੇ ਸਾਹਮਣੇ ਕਰਨੀ ਆ, ਜਿਹੜੇ ਚੂੜੀ ਵਾਲਾ ਆਪਾਂ ਨੇ ਅਲੱਗ ਰੱਖਣਾ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੱਧ ਤੋਂ ਵੱਧ। ਚਲੋ ਹੁਣ ਕਰਦੇ ਹਾਂ ਇਹਨੂੰ ਫਿੱਟ। ਲਓ ਜੀ ਬਾਈ ਰਿੰਗ ਰੁੰਗ ਆਪਾਂ ਪਾਤੇ ਸਾਰੇ, ਐਨ ਆਪਣੀ ਓਕੇ ਆ। ਆਹ ਦੇਖੋ ਹੁਣ ਆਪਾਂ ਨੇ ਬਾਈ ਸਪਰਿੰਗ ਲਾਉਣ ਲੱਗੇ ਬਹੁਤ ਧਿਆਨ ਕਰ ਰਹਿਣਾ, ਕੋਈ ਆਪਾਂ ਨੇ ਕਾਹਲੀ ਨਹੀਂ ਕਰਨੀ ਇਹ 'ਚ। ਬਹੁਤ ਬਾਈ ਜਾਨਲੇਵਾ ਹਮਲਾ ਇਹ, ਬਹੁਤ ਚਾਂਸ ਦੇਖੇ ਅਸੀਂ ਜਿਹੜੇ ਹੁੰਦੇ ਇਹਦੇ ਕਰ ਸਪਰਿੰਗ ਗੱਲ ਹੋਏ ਆ। ਚਲੋ ਹੁਣ ਇਹਨੂੰ ਕਰਦੇ ਹਾਂ ਇਕੱਠਾ। ਲਓ ਜੀ ਬਾਈ ਕਰਤੀ ਪੁਲੀ ਫਿੱਟ ਥਰੈਸ਼ਰ ਵਾਲੀ, ਬਸ ਇਹਦੀ ਕਾਟਰ ਰਹਿ ਗਈ ਥੋੜ੍ਹੀ ਜਿਹੀ। ਕਾਲੇ ਬਾਈ ਉਹਨੇ ਸਿੰਮ ਬਣਾਉਣ ਗਏ ਆ, ਸਿੰਮ ਬਣਾਉਣ ਤੋਂ ਬਾਅਦ ਆਪਾਂ ਇਹਦਾ ਲਾ ਕੇ ਨਟ ਮੂਰੇ ਚੈੱਕ, ਨਟ ਮੂਰੇ ਲਾ ਕੇ ਫਿਰ ਕਰਦੇ ਹਾਂ ਥਰੈਸ਼ਰ ਦੀ ਐਡਜਸਟਮੈਂਟ। ਇਹਦੇ ਵੀਰੇ ਪਿੱਛੇ ਕਈ ਬੰਦੇ ਵੀਰ ਆਪਣੇ ਦਾ ਕਮੈਂਟ ਆਉਂਦੇ ਬਾਈ ਲਾਈਨ ਨਹੀਂ ਸਾਡੀ ਬਣਦੀ, ਲਾਈਨ ਆਊਟ ਆ ਬਾਈ ਦੇ ਪਿੱਛੇ ਨਾ ਆਪਣੇ, ਉਹ ਦੇਖੋ ਸਪੈਸਰ ਪਾਇਆ ਹੁੰਦਾ ਕੰਪਨੀ ਵੱਲ ਤੋਂ ਹੀ ਪਾਇਆ ਹੁੰਦਾ, ਉਹ ਦੇਖੋ ਪਿੱਛੇ ਇੰਨਾ ਗੈਪ ਚਾਹੀਦਾ ਘੱਟੋ ਘੱਟ ਵੀ ਇਹਦੇ ਪਿੱਛੇ। ਉਹ ਦੇਖੋ ਸਪੈਸਰ ਪਾਇਆ ਸਾਹਮਣੇ, ਗੇ 9 ਨੰਬਰ ਦੀ ਕੋਨ ਪਾਈ ਹੁੰਦੀ ਆ ਵਾਇਰਿੰਗ ਦੀ, ਕੰਪਨੀ ਨੇ ਲਾਈਨ ਬਣਾ ਕੇ ਛੱਡੀ ਵੀ ਹੁੰਦੀ ਆ। ਲਾਈਨ ਵੀਰੇ ਪਾ ਜ਼ਰੂਰ ਪਾਇਆ ਕਰੋ, ਕਈ ਵਾਰ ਆਪਾਂ ਭੁੱਲ ਜਾਂਦੇ ਸੱਤ, ਅਸੀਂ ਵੀ ਭੁੱਲ ਗਏ ਤੇ ਬਾਈ ਪਿੱਛੇ, ਅਤੇ ਪਿਛਲੇ ਸਾਲ ਅਸੀਂ ਭੁੱਲ ਗਏ ਤੇ
ਤਾਂ ਸਾਡੀ ਬੈਲਟ ਬਹੁਤ ਲਾਈਨ ਆਊਟ ਕਰ ਗਈ ਸੀ। ਹੁਣ ਦੇਖੋ ਤੁਹਾਨੂੰ ਇਹ ਲਾਈਨ ਸਾਹਮਣੇ ਕੋਈ ਲਾਈਨ 'ਚ ਫਰਕ ਨਹੀਂ ਹੈਗਾ, ਬਰਾਬਰ ਆ। ਉਹ ਤੋਂ ਬਾਅਦ ਫਿਰ ਥਰੈਸ਼ਰ ਦੀਆਂ ਲਾ ਕੇ ਕਾਟਰਾਂ ਕੂਟਰਾਂ ਸੈਂਟਰ ਕਰਕੇ ਇਹਦਾ ਬੰਨਦੇ ਹਾਂ ਫਿਰ ਇਹਨੂੰ। ਲਓ ਜੀ ਥਰੈਸ਼ਰ ਦੀ ਐਡਜਸਟਮੈਂਟ ਆਪਣੀ ਹੋ ਗਈ ਬਾਈ, ਐਨ ਓਕੇ ਕਰਤੀ ਮੂਹਰੇ ਬਾਈ। ਆਪਾਂ 13 ਦਾ ਕਾਬਲਾ ਜਿਹੜਾ ਉਰੇ ਆਪਾਂ ਕਾਬਲਾ ਪੈਂਦਾ ਕਰ ਦਿੰਦੇ ਚੂੜੀ ਤੋਂ। ਆਹ ਦੇਖੋ ਕਾਬਲਾ ਪੈਂਦਾ ਕਰਤਾ ਪੂਰਾ, ਐਨ ਬਾਰ ਦੇ ਵਿੱਚ ਵਿੱਚ ਪੂਰਾ ਪੂਰਾ ਫਿੱਟ ਐਨ ਗੱਬੇ ਦੇ ਬਾਈ ਦੇ। ਗੱਬੇ ਦੇ ਐਡਜਸਟਮੈਂਟ ਕਦੇ ਸੈੱਟ ਨਹੀਂ ਹੁੰਦੀ ਕਿਉਂਕਿ ਬਾਸਕਟ ਆਪਣੀ ਬਾਈ ਦਬੀ ਦਬੀ ਹੁੰਦੀ। ਇੱਧਰ ਵੀ ਆਪਾਂ ਦੇਖੋ ਐਨ ਕਾਬਲਾ ਉੱਕਣੇ ਫਿੱਟ ਕਰਤਾ, ਜਿਕਣਾ ਉੱਧਰ ਕਰਿਆ ਪੂਰਾ ਪੂਰਾ ਇੱਧਰ ਵੀ। ਇਹ ਤੁਹਾਨੂੰ ਦਿਖਾ ਦਿੰਦਾ ਮਾੜੀ ਜੀ ਬਾਰ ਸਾਡੇ ਥਰੈਸ਼ਰ 'ਚ ਬਾਈ, ਸਾਡੇ 'ਚ ਇਹ ਫਰਕ ਆ ਥੋੜ੍ਹਾ ਜਿਹਾ, ਤਾਂ ਕਰਕੇ ਆ ਦੇਖੋ ਵੀ ਐਨ ਪੂਰਾ ਕਾਬਲਾ ਪੈਂਦਾ ਕਰਤਾ। ਬਾਕੀ ਠੀਕ ਆ ਬਾਈ, ਥਰੈਸ਼ਰ ਐਨ ਦੋ ਸਾਈਡ 'ਤੇ ਹੋ ਗਿਆ ਬਰਾਬਰ, ਆਪਣਾ ਘੁੰਮਦਾ ਐਨ ਵਧੀਆ ਹੋ ਗਈ ਐਡਜਸਟਮੈਂਟ ਥਰੈਸ਼ਰ ਦੀ ਵੀ। ਇਹਨੇ ਉਰੇ ਆ ਬਾਈ, ਲਓ ਜੀ ਬਾਈ ਮੂਹਰੇ ਦਾ ਤਾਂ ਆਪਣਾ ਆਪਾਂ ਨੇ ਕਰਿਆ 13 ਨੰਬਰ ਦਾ ਚੂੜੀ, ਜਿਹੜੀ ਚੂੜੀ ਪੈਂਦੀ ਕਰੀ ਆ। ਕਈ ਬੰਦੇ ਆਪਾਂ ਦੇਖਿਆ 17-13 ਦੀ ਕਰਦੇ ਹਾਂ, ਪਰ ਆਪਾਂ ਤਾਂ ਬਾਈ ਇਹ 10-13 ਦੀ ਕਰਦੇ ਹਾਂ। ਇੱਧਰ ਤੁਹਾਨੂੰ ਪਿੱਛੇ 'ਤੇ ਵੀ ਦਿਖਾ ਦਿੰਦਾ, ਪਿੱਛੇ 'ਤੇ ਆਪਾਂ ਕਰੀ ਆ ਜੀ 10 ਨੰਬਰ ਦੀ। ਬਾਕੀ ਜੇ ਉੱਪਰ ਆ ਦੇਖੋ 10 ਨੰਬਰ ਦਾ ਨਟ ਪੈਂਦਾ ਕਰਤਾ ਉਰੇ ਪੂਰਾ ਪ੍ਰੋਪਰ, ਕੋਈ ਖੁੱਲ੍ਹਾ ਨਹੀਂ, ਕੋਈ ਜ਼ਿਆਦਾ ਨਹੀਂ। ਦੋਵੇਂ ਪਾਸੇ 'ਤੇ ਕਰਿਆ 10 ਨੰਬਰ ਦਾ ਪਿੱਛੇ 'ਤੇ, ਮੂਹਰੇ 'ਤੇ ਕਰੀ ਆ 13 ਨੰਬਰ ਦੀ ਐਡਜਸਟਮੈਂਟ। ਐਨ ਆਪਣਾ ਥਰੈਸ਼ਰ ਓਕੇ ਆ ਜੀ, ਇਹਨੇ ਘੁਮਾ ਕੇ ਦੇਖ ਲਾ ਬਾਈ ਕਿਤੇ ਲੱਗਦਾ ਲੁਗਦਾ ਨਾ ਹੋਵੇ। ਐਨ ਤਸੱਲੀ ਕਰਾਤੀ ਵੀਰੇ ਥਰੈਸ਼ਰ ਦੀ, ਲਓ ਜੀ ਘੁੰਮਦਾ। ਬਾਕੀ ਆਪਣੇ ਪੁਲੀ ਬਾਈ ਕੱਢ ਲਈ ਤੀ ਅਸੀਂ ਦੁਬਾਰ ਤੋਂ ਫਿਰ, ਇਹ ਪੁਲੀ ਦਾ ਆਪਾਂ ਥੋੜ੍ਹੀ ਸਿੰਮਾਂ ਨਹੀਂ ਰਹੀਆਂ, ਪਹਿਲਾਂ ਸਿੰਮਾਂ ਲੈਣ ਭੇਜਿਆ ਤਾ ਕਾਲਾ ਬਾਈ, ਉਹਦੇ ਬਾਅਦ ਹੁਣ ਪੁਲੀ ਦੀ ਠੋਕਦੇ ਹਾਂ, ਪੁਲੀ ਵੀ ਚੜਾਉਂਦੇ ਹਾਂ। ਉਹ ਤੋਂ ਬਾਅਦ ਆਪਣੇ ਚੈਨਾਂ ਰਹਿ ਗਈਆਂ, ਲਾਉਂਦੇ ਹਾਂ ਤਾਂ ਲੀਵਰ ਕਰਦੇ ਹਾਂ ਜਿਹਦੀ ਚੈਕਿੰਗ ਕੰਪੈਨ ਚੈਕਿੰਗ। ਠੀਕ ਆ, ਓਕੇ ਆ। ਬਾਕੀ ਬਾਈ ਤੁਹਾਨੂੰ ਮੈਂ ਦੱਸੂੰਗਾ ਜਿਹੜਾ ਆਪਣਾ ਘੁੰਡੀ ਦਾ ਜਾਰੇਦਾਰ ਤਾਂ ਚਾਣ ਸੁਣਨੇ ਆ ਅਸੀਂ, ਦੇਖਿਆ ਬਾਈ ਕਰੇ ਆ ਵੀ ਇੱਕ ਜਗ੍ਹਾ ਜਗਾੜ, ਉਹ ਵੀ ਤੁਹਾਨੂੰ ਦਿਖਾਊਂਗਾ ਕਿਆ ਜਗਾੜ ਆ। ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਜ਼ਰੂਰ ਦਿਖਾਊਂਗਾ ਅੱਜ ਦੇ ਵਲੋਗ 'ਚ, ਸਾਊਂਡ ਟ੍ਰਿਪ ਲੱਗ ਜਾਣ ਦੋ, ਲੱਗਣ ਤੋਂ ਬਾਅਦ ਦਿਖਾਵਾਂਗੇ ਜਿਹਨੇ। ਠੀਕ ਆ, ਚੱਲ ਫਿਰ ਚੱਕੀਏ ਪੁਲੀ ਪਾਈਏ। ਚਲੋ ਹੁਣ ਪੁਲੀ ਪਾਉਂਦੇ ਹਾਂ ਜੀ, ਪੁਲੀ ਦਾ ਕੰਮ ਨਿਬੇੜੀਏ। ਲਓ ਜੀ ਬਾਈ ਪੁਲੀ ਵੀ ਆਪਣੀ ਹੋ ਗਈ ਕੰਪਲੀਟ, ਚਿਕਨਟ ਚੁਕਨਟ ਲਾ ਤਾ ਐਨ ਵਧੀਆ, ਪੱਖੇ ਵਾਲੀ ਪੁਲੀ ਆ ਬਾਈ, ਨਾਲੇ ਲਾ ਦਿੰਦੇ ਹਾਂ, ਚਲਾਉਣਾ ਤਾਂ ਹੈ ਨਹੀਂ ਵੈਸੇ ਅਸੀਂ। ਬਾਕੀ ਹੁਣ ਸਾਊਂਡ ਟ੍ਰਿਪ ਲਾਉਂਦੇ ਹਾਂ ਇਹਦੀ, ਅੱਬਲਾਂ ਦਾ ਬਾਅਦ 'ਚ ਲਾਵਾਂਗੇ ਸਾਊਂਡ ਟ੍ਰਿਪ, ਪਹਿਲਾਂ ਇਹਦੇ ਐਲੀਵੇਟਰ ਨੇ ਚੈਨਾਂ ਚੂਨਾ ਪਾ ਲਈਏ, ਲੀਵਰ ਲਾ ਲਈਏ ਇੱਕ ਵਾਰ ਤਸੱਲੀ ਹੋ ਜਾਵੇ। ਕਿਹਨੇ ਚੈਨ ਲਿਆ ਬਾਈ, ਅਸੈਂਬਲੀ ਵਾਲੀ ਕਿੱਥੇ ਆ? ਚਲੋ ਜੀ ਹੁਣ ਮਿਲਦੇ ਹਾਂ ਤੁਹਾਨੂੰ ਐਲੀਵੇਟਰ ਪਾ ਕੇ। ਲਓ ਜੀ ਬਾਈ ਹਨੇਰਾ ਹੋ ਗਿਆ, ਥਰੈਸ਼ਰ ਐਡਜਸਟਮੈਂਟ ਹੋ ਗਈ ਸਾਰੀ ਐਨ ਓਕੇ। ਉਹ ਤੋਂ ਬਾਅਦ ਲੱਗੇ ਤੇ ਬਾਈ ਲੀਵਰ ਲਾਉਣ, ਲੀਵਰ ਲਾਉਣ ਤੋਂ ਪਹਿਲਾਂ ਐਲੀਵੇਟਰ ਜਿਹਾ ਲੱਗੇ ਚੜਾਉਣ ਆਪਣੇ ਐਲੀਵੇਟਰ ਦਾ ਬਾਈ, ਪੁਲੀ ਵਾਲਾ ਥੋੜ੍ਹਾ ਜਿਹਾ ਸਾਈਜ਼ ਡਾਊਨ ਤਾ, ਬਾਹ ਦੇਖੋ ਪਈ ਹੈ ਸ਼ਾਫਟ ਮਾਮੂਲੀ ਜਿਹਾ, ਦੇਖੋ ਸਾਈਜ਼ ਡਾਊਨ ਆ, ਮਾੜਾ ਹੈ ਤਾਂ ਮਾੜਾ ਜਿਹਾ ਹੀ ਆ, ਲੱਗੀਆਂ ਕੱਸ ਕੇ ਹਟ ਜਾਣਾ ਤਾਂ, ਪਰ ਨਹੀਂ ਮਨ ਮੰਨਿਆ ਨਹੀਂ ਹੈਗਾ। ਮੈਂ ਕਿਹਾ ਚਲੋ ਬਾਈ ਕੋਈ ਨਹੀਂ, ਕੋਈ ਕਾਹਲੀ ਨਹੀਂ ਆਪਾਂ ਨੂੰ। ਬਾਕੀ ਆਪਣੀ 2170 ਬੈਲਟ ਵੀ ਇਹਦਾ ਤਿਆਰ ਆ ਪਾਉਣੇ ਵਾਸਤੇ, ਇਹ ਤੋਂ ਬਾਅਦ ਚੈਨ ਪਾ ਤੀ ਅਸੈਂਬਲੀ ਵਾਲੀ, ਬਰਮ ਪਾ ਤੇ, ਆਹ ਬਰਮ ਪਾ ਤਾ ਮਗਰਲਾ ਬਰਮ ਜੇ ਬਾਈ, ਉਹਦਾ ਬੈਰਿੰਗ ਇੱਕ ਗਰੀਸ ਨਹੀਂ ਤਾਂ ਆਇਆ, ਉਹਨੂੰ ਪੱਟ ਕੇ ਉੱਧਰ ਪਿਆ ਥੋੜ੍ਹਾ, ਚੀਨੇ ਨੂੰ ਕਹਿੰਦਾ ਮੈਂ ਘਰ ਨੂੰ ਜਾਣਾ ਬਾਈ, ਤਾਂ ਕਰਕੇ ਰਹਿ ਗਿਆ ਤਾ ਬਾਈ। ਕਈ ਵੀਰਾਂ ਦੇ ਮੈਨੂੰ ਲਾਇਵ ਹੋਏ ਤੇ, ਲਾਇਵ 'ਚ ਬਾਈ ਇਹੀ ਕੰਮ ਵਾਸਤੇ ਲਾਇਵ ਹੁੰਦੇ ਨੇ ਬਾਈ, ਦੁੱਖ ਤਕਲੀਫ ਹੁੰਦੀ ਆ ਬਾਈ ਕਿਸੇ ਨੂੰ, ਆਪਾਂ ਉਹਦਾ ਹੱਲ ਕੱਢ ਦਿੰਦੇ ਹਾਂ। ਵੀਰਾਂ ਨੇ ਪੁੱਛਿਆ ਵੀ ਬਾਈ ਬਾਸਕਟ ਕੈਸੇ ਸੈੱਟ ਕਰੇ, ਆਪਣੇ ਹਿੰਦੀ 'ਚ ਪੁੱਛਿਆ, ਇੱਧਰ 50 ਨਟ ਲੱਗੇ ਆ ਜੀ ਆਪਣੇ ਬਾਸਕਟ ਵਾਲੇ, ਇਹ ਮੂਹਰੇ ਵਾਲਾ ਨਟ ਆ ਜਿਹੜਾ ਆਪਾਂ ਨੇ ਜਿਵੇਂ ਉੱਪਰ ਨੂੰ ਪੱਤੀ ਖਿੱਚੀ ਜਾਣੀ ਤਾਂ ਆਪਣਾ ਬਾਸਕਟ ਉੱਪਰ ਚੱਕੀ ਜਾਣੀ, ਪਿੱਛੇ ਵਾਲੀ ਆ ਥੱਲੇ ਨੂੰ ਉੱਪਰ ਨੂੰ ਚੱਕਾਂਗੇ, ਉਹ ਸੇਮ ਟੂ ਸੇਮ ਪੱਤੀਆਂ ਥੱਲੇ ਨੂੰ ਨਟ ਢਿੱਲੇ ਕਰੀ ਜਾਵਾਂਗੇ ਤਾਂ ਉੱਕੜੇ ਰਹਿਣੀਆਂ, ਬਾਸਕਟ ਥੱਲੇ ਉੱਪਰ ਉਹਦੇ ਗਲੇ ਹੋਣੀ ਆ। ਬਾਕੀ ਇੱਧਰ ਵੀ ਉਹੀ ਹਿਸਾਬ ਕਿਤਾਬ ਆ ਸਾਰਾ ਟੋਟਲ, ਇੱਧਰ ਵੀ ਨਟ ਉੱਕਣੇ ਸੇਮ ਟੂ ਸੇਮ ਲੱਗੇ ਹੋਏ ਵੀ ਜਿਵੇਂ ਆਪਾਂ ਥੱਲੇ ਉੱਪਰ ਕਰਨੀ ਆ ਬਾਸਕਟ, ਉਹ ਥੱਲੇ ਨੂੰ ਕਰੀ ਜਾਊਂਗੇ ਨਟ ਢਿੱਲਾ ਕਰੀ ਜਾਊਂਗੇ ਤਾਂ ਆਪਣੀ ਬਾਸਕਟ ਥੱਲੇ ਕਰੀ ਜਾਣੀ। ਬਾਕੀ ਚਲੋ ਹੁਣ ਚੱਲਦੇ ਹਾਂ ਘਰ ਨੂੰ, ਹਨੇਰਾ ਬਹੁਤ ਹੋ ਗਿਆ, 6:30 ਦਾ ਟਾਈਮ ਹੋ ਗਿਆ। ਚਲੋ ਮਿਲਦੇ ਹਾਂ ਘਰ ਜਾ ਕੇ, ਮਿਲਦੇ ਹਾਂ ਤੁਹਾਨੂੰ ਐਂਡ ਘਰਾਂ ਜਾ ਕੇ ਕਰਦੇ ਹਾਂ ਅੱਜ। ਲਓ ਜੀ ਬਾਈ ਪਹੁੰਚ ਗਏ ਆਪਣੇ ਘਰ, ਅੱਜ ਤਾਂ ਲੀਵਰ ਲਾਉਣਾ ਤਾਂ ਤੁਹਾਨੂੰ ਪਤਾ ਹੀ ਆ, ਜਿਹੜਾ ਸਟਾਫ ਹੈ ਐਲੀਵੇਟਰ ਆਪਣਾ ਲੱਗੇ ਤੇ ਚੜਾਉਣ,
ਐਲੀਵੇਟਰ ਦੀ ਸ਼ਾਫਟ ਦਾ ਥੋੜ੍ਹਾ ਜਿਹਾ ਸਾਈਜ਼ ਖਰਾਬ ਨਿਕਲਿਆ ਬਾਈ, ਕਣਕ ਦਾ ਸੀ ਨਾ, ਡਰ ਲੱਗਦਾ ਅੱਗ ਉੱਗ ਲੱਗ ਜਾਂਦੀ ਆ, ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ। ਚਲੋ ਠੀਕ ਹੈ ਜੀ, ਮਿਲਦੇ ਹਾਂ ਕੱਲ੍ਹ ਦੇ ਬਲੌਗ 'ਚ। ਕੱਲ੍ਹ ਨੂੰ ਤਾਂ ਬਾਈ ਛੁੱਟੀ ਕਰਨੀ ਹੈ, ਸੰਡੇ ਆ, ਸਰਕਾਰੀ ਮੁਲਾਜ਼ਮਾਂ ਵਾਂਗੂ ਜਾਂਦੇ ਹਾਂ ਉੱਥੇ ਵੀ ਮਸ਼ੀਨ ਉੱਪਰ, ਅਸੀਂ ਤਾਂ ਹੀ ਤੁਸੀਂ ਕਮੈਂਟ ਕਰੀ ਜਾਂਦੇ ਹਾਂ ਬਾਈ, ਬਹੁਤ ਦਿਨ ਲਾ ਦਿੰਦੇ ਹਾਂ ਰਿਪੇਅਰ ਨੂੰ। ਪਿਛਲੀ ਵਾਰ ਵੀ ਤੁਹਾਡੇ ਹੀ ਕਮੈਂਟ ਆਏ ਤੇ, ਐਤਕੀ ਵੀ ਕਾਲਾ ਸਵੇਰੇ ਕਹਿੰਦਾ ਤਾ, ਕੱਲ੍ਹ ਵਾਲੇ ਬਲੌਗ 'ਚ ਦੱਸੂਗਾ ਸਾਨੂੰ ਉਹ। ਚਲੋ ਠੀਕ ਆ ਬਾਈ, ਜਿਹੜੇ 5-7 ਦਿਨ 10 ਦਿਨ ਲੱਗਦੇ ਆ ਮਸ਼ੀਨ ਪਰ, ਰਿਪੇਅਰ ਵਧੀਆ ਹੋਣੀ ਚਾਹੀਦੀ ਆ। ਸੀਜ਼ਨ 'ਚ ਉਨੇ ਨਜ਼ਾਰੇ 'ਚ ਰਹਿੰਦੇ ਬਾਈ, ਚਾਬੀ ਨਹੀਂ ਵੀ ਚੱਕਣੀ ਮੁੜ ਕੇ, ਜਿਹੋ ਜਿਹੇ ਕੱਪੜੇ ਪਾ ਕੇ ਜਾਣਾ, ਉਹ ਜੀ ਪਾ ਕੇ ਘਰ ਨੂੰ ਆ ਜਾਣਾ। ਚਲੋ ਠੀਕ ਆ ਜੀ, ਮਿਲਦੇ ਹਾਂ ਕਿਸੇ ਹੁਣ ਅਗਲੀ ਵੀਡੀਓ, ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਥੈਂਕ ਯੂ।